ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਆਪਾਂ ਵੇਖਿਆ ਵੀ ਕਈ ਲੋਕਾਂ ਨੂੰ ਹਰ ਵਕਤ ਕੋਈ ਨਾ ਕੋਈ ਮੁਸੀਬਤ ਹੀ ਪਈ ਰਹਿੰਦੀ ਹੈ ਅਤੇ ਹਰ ਵਕਤ ਦੁੱਖਾਂ ਵਿੱਚ ਹੀ ਘਿਰੇ ਰਹਿੰਦੇ ਨੇ। ਜਦੋਂ ਆਪਾਂ ਵਾਹਿਗੁਰੂ ਨੂੰ ਭੁੱਲਦੇ ਹਾਂ ਉਦੋਂ ਹਰ ਪ੍ਰਕਾਰ ਦੇ ਦੁੱਖ ਇਨਸਾਨ ਨੂੰ ਆ ਲੱਗਦੇ ਨੇ। ਆਪਾਂ ਵਾਹਿਗੁਰੂ 'ਤੇ ਭਰੋਸਾ ਨਹੀਂ ਕਰਦੇ ਜੇ ਆਪਾਂ ਲਗਾਤਾਰ ਅੱਧਾ ਘੰਟਾ ਵੀ ਵਾਹਿਗੁਰੂ ਵਾਹਿਗੁਰੂ ਰੋਜ਼ ਕਰਾਂਗੇ ਤਾਂ ਆਪਣੇ ਆਪ ਦੇਖੋ ਵੀ ਕੀ ਬਦਲਾਵ ਆਉਂਦਾ, ਘਰ ਵਿੱਚ ਕਿੰਨਾ ਬਦਲਾਵ ਆਉਂਦਾ। ਜਪਜੀ ਸਾਹਿਬ ਦਾ ਪਾਠ ਇੱਕ ਰੋਜ਼ ਕਰਕੇ ਵੇਖ ਲਓ। ਜੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਗਰੀਬੀ ਆਰਥਿਕ ਪ੍ਰੋਬਲਮ ਹੈ ਤਾਂ ਜਾਪ ਸਾਹਿਬ ਦਾ ਪਾਠ ਕਰੋ। ਜਾਪ ਸਾਹਿਬ ਇਸ਼ਨਾਨ ਕਰਕੇ ਕੋਲ ਜਲ ਰੱਖ ਕੇ ਭਾਵਨਾ ਨਾਲ ਰੋਜ਼ ਇੱਕ ਪਾਠ ਰੋਜ਼ ਕਰੋ। ਤੁਸੀਂ ਦੇਖੋਗੇ ਕਿ ਇੱਕ ਹਫ਼ਤੇ ਵਿੱਚ ਹੀ ਘਰ ਬਦਲਾਵ ਆ ਜਾਏਗਾ। ਆਪਾਂ ਵੇਖਾਂਗੇ ਵੀ ਹਰ ਪੱਖੋਂ ਕੰਮ ਬਣਨੇ ਆਰੰਭ ਹੋ ਜਾਣਗੇ। ਗੁਰਬਾਣੀ ਵਿੱਚ ਬਹੁਤ ਤਾਕਤ ਹੈ, ਆਪਾਂ ਬਸ ਵਿਸ਼ਵਾਸ ਹੀ ਨਹੀਂ ਕਰਦੇ। ਪਾਠ ਨੇ ਹੀ ਆਪਾਂ ਨੂੰ ਬੇੜਾ ਪਾਰ ਕਰਨਾ, ਆਪਣੇ ਕੋਲ ਖਜ਼ਾਨਾ, ਪਰ ਆਪਾਂ ਉਸ ਖਜ਼ਾਨੇ ਨੂੰ ਵਰਤਦੇ ਹੀ ਨਹੀਂ। ਆਪਾਂ ਗੁਰਬਾਣੀ ਦੇ ਲੜ ਛੱਡ ਕੇ ਅਤੇ ਐਵੇਂ ਨਾਸਤਿਕ ਲੋਕਾਂ ਪਿੱਛੇ ਤੁਰੇ ਫਿਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾਓ ਅਤੇ ਜ਼ਿੰਦਗੀ ਉੱਥੇ ਹੀ ਆਪਣੀ ਜੋ ਸੋਰਨੀ ਹੈ। ਹਰ ਇੱਕ ਨੂੰ ਦੁੱਖ ਨੇ ਅਤੇ ਉਹ ਦੁੱਖਾਂ ਦਾ ਨਿਵਾਰਨ ਗੁਰਬਾਣੀ ਨੇ ਕਰਨਾ। ਅਤੇ ਫਿਰ ਆਓ ਅੱਜ ਤੋਂ ਜਾਪ ਸਾਹਿਬ ਦਾ ਪਾਠ ਪੂਰੀ ਸ਼ਰਧਾ ਭਾਵਨਾ ਨਾਲ ਕਰੀਏ ਅਤੇ ਘਰ ਵਿੱਚੋਂ ਹਰੇਕ ਤਰ੍ਹਾਂ ਦਾ ਵਿਘਨ ਦੂਰ ਕਰੀਏ।